ਕੈਲਕੂਲੇਟਰ ਗਰਲਸ ਨੇ ਕੈਲਕੂਲੇਟਰ ਤਾਂ ਗਰਲਸ ਮੈਂ ਤਾਂ ਕਹਿੰਦਾ ਵੀ ਇਹ ਹਸਾਬਕਤਾ ਵਾਲੀਆਂ ਕੁੜੀਆਂ ਨੇ ਸਾਡੀਆਂ ਕਹਿੰਦੀਆਂ 5 ਮਿੰਟਾਂ ਦੇ ਵਿੱਚ ਤੁਸੀਂ ਕਿੱਡੀ ਵੀ ਅਮਾਉਂਟ ਲਿਆਓ ਤਾਂ ਸੈਕਿੰਡਾਂ ਦੇ ਵਿੱਚ ਅਸੀਂ ਉਹਨੂੰ ਸੋਲਵਡ ਕਰਕੇ ਦੇ ਦਿਆਂਗੇ 45 प्लस 78 प्लस 25 प्लस 23 प्लस 89 ਲੋ ਜੀ 26 ਡੰਪਰੇ ਫੁੱਲ ਦਾ ਨਾਮ ਹੈ ਇੰਡੀਆ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਇਹਨਾਂ ਬੱਚਿਆਂ ਦੇ ਕਰਕੇ 30% ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਮੈਥ ਨੂੰ ਲੈ ਕੇ ਡਰ ਪਾਇਆ ਜਾਂਦਾ ਹੈ ਮੈਥ ਫੋਬੀਆ ਜਿਹਨੂੰ ਕਹ ਦਿੰਨੇ ਆਪਾਂ ਆਂਦਾ ਹੁੰਦਾ ਲੇਕਿਨ ਡਾਰੇ ਮੰਦੇ ਵਿੱਚ ਉਹ ਡਰ ਦੇ ਕਰਕੇ ਹੀ ਬੱਚੇ ਪਰਫਾਰਮ ਨਹੀਂ ਕਰ ਪੰਦੇ ਆਪਣੇ ਪੇਪਰਾਂ ਦੇ ਵਿੱਚ ਦਿਨ ਦਾ ਜ਼ਵਾਕਾ ਵਾਸਤੇ ਮੈਥ ਪ੍ਰੋਬਲਮ ਹੈ ਉਹਨਾਂ ਨੂੰ ਸਾਹਮਣਾ ਕਰਨਾ ਚਾਹੀਦਾ ਹੈ ਅੱਛਾ ਤੇ ਤੁਹਾਡੇ ਲਈ ਕੀ ਹੈ ਇੱਕ ਗੇਮ ਹੈ ਮੈਂ 2023 ਤੱਕ ਯੂਬਿਸ ਵਾਲਾ ਰਿਕਾਰਡ ਬਣਾਇਆ ਸੀ 2020 ਦੇ ਵਿੱਚ ਮੈਂ ਨੇਚਰੋਪੈਥੀ ਵਿੱਚ ਆਨਲਾਈਨ ਕੁਇਜ਼ ਸੀਗੀ ਮਦਦ ਇਸ ਪੰਜਾਬ ਚੋਂ ਫਰਸਟ ਆਈ ਸੀ ਤੇ 2022 ਵਿੱਚ ਮੈਂ ਗੀਤਾ ਦੇ ਸ਼ਲੋਕਾਂ 12ਵੇਂ ਦੇ ਆਇਦੇ ਸ਼ਲੋਕ ਦਾ ਰਿਕਾਰਡ ਬਣਾਇਆ ਸੀ ਇੰਡੀਆ ਬੁੱਕ ਆਫ ਰਿਕਾਰਡ ਅੰਡਰਟੈਂਡ ਸਕੋਰਿੰਗ ਸਬਜੈਕਟਸ ਮੰਨਿਆ ਜਾਂਦਾ ਮੈਥ ਨੂੰ ਪਰ ਮੈਥ ਬ੍ਰੇਨ ਨੂੰ ਵੀ ਸਭ ਤੋਂ ਵੱਧ ਐਕਟੀਵੇਟ ਕਰਦਾ ਆਪਣੇ ਕਿਉਂਕਿ ਜਦੋਂ ਆਪਾਂ ਮੈਥ ਕਰਦੇ ਹੁੰਦਾ ਬ੍ਰੇਨ ਆਟੋਮੈਟਿਕਲੀ ਤੁਹਾਡਾ ਡਿਪਰੈਸ਼ਨ ਚੋਂ ਬਾਹਰ ਆ ਗਿਆ ਕੈਲਕੂਲੇਸ਼ਨ ਚ ਕਰ ਰਹੇ ਹਾਂ ਤਾਂ ਮੈਥ ਦੀ ਨਾਲ ਤੁਹਾਡੀ ਬ੍ਰੇਨ ਦੀ ਐਕਸਰਸਾਈਜ਼ ਵੀ ਹੁੰਦੀ ਹੈ 69 138 207 276 45 41 4483 552 621 690 ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ ਅਕਸਰ ਜਦੋਂ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਦੇਖਦੇ ਆ ਤਾਂ ਆਪਣੇ ਦਿਲਾਂ ਦੇ ਵਿੱਚ ਹੁੰਦਾ ਵੀ ਯਾਰ ਸਾਡੇ ਬੱਚੇ ਵੀ ਅਜਿਹੇ ਬਣ ਜਾਣ ਪਿਛਲੇ ਦਿਨੀ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੋਈਆਂ ਕੁਝ ਬੱਚੇ Google boys Google ਬੱਚਿਆਂ ਦੇ ਨਾਮ ਦੇ ਨਾਲ ਮੌਤ ਮਸ਼ਹੂਰ ਹੋਏ ਕਿਉਂਕਿ ਜਦੋਂ ਉਹਨਾਂ ਦੇ ਕੋਲ ਕੋਈ ਵੀ ਸਵਾਲ ਪੁੱਛਿਆ ਜਾਂਦਾ ਸੀ ਤਾਂ ਉਹ ਸੈਕਿੰਡਾਂ ਦੇ ਵਿੱਚ ਦੱਸ ਦਿੰਦੇ ਸਨ ਪਰ ਅੱਜ ਇੱਕ ਵੱਖਰੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇੱਕ ਵੱਖਰੀ ਮੋਟੀਵੇਸ਼ਨਲ ਸਟੋਰੀ ਤੁਹਾਡੇ ਲਈ ਲੈ ਕੇ ਆਏ ਆ ਦੋ ਧੀਆ ਸਾਡੇ ਨਾਲ ਨੇ ਇਹ ਧੀਆ ਰਾਮਪੁਰੇ ਦੀਆਂ ਨੇ ਬਿਲਕੁਲ ਬਠਿੰਡਾ ਦੇ ਨੇੜੇ ਦਾ ਕਸਬਾ ਹੈ ਪਰ ਸਭ ਤੋਂ ਵੱਡੀ ਖਾਸੀਅਤ ਦੀ ਮੈਂ ਗੱਲ ਕਰਾਂ ਤਾਂ ਇਹ ਧੀਆ ਕੈਲਕੂਲੇਟਰ ਗਰਲਸ ਨੇ ਕੈਲਕੂਲੇਟਰ ਤਾਂ ਗਰਲਸ ਮੈਂ ਤਾਂ ਕਹਿੰਦਾ ਵੀ ਇਹ ਹਸਾਬਕਤਾ ਵਾਲੀਆਂ ਕੁੜੀਆਂ ਨੇ ਸਾਡੀਆਂ ਕਹਿੰਦੀਆਂ 5 ਮਿੰਟਾਂ ਦੇ ਵਿੱਚ ਤੁਸੀਂ ਕਿੱਡੀ ਵੀ ਅਮਾਉਂਟ ਲਿਆਓ ਤਾਂ ਸੈਕਿੰਡਾਂ ਦੇ ਵਿੱਚ ਅਸੀਂ ਉਹਨੂੰ ਸੋਲਵਡ ਕਰਕੇ ਦੇ ਦਿਆਂਗੇ ਕਿਉਂਕਿ ਅੱਜਕੱਲ ਕਹਿੰਦੇ ਹੁੰਦੇ ਨੇ ਨਾ ਪਹਿਲਾਂ ਮਨੀਮਾ ਦੇ ਕੋਲੇ ਜਦ ਹਿਸਾਬਕਤਾ ਕਰਨ ਜਾਂਦੇ ਤਾਂ ਲੰਡੇ ਛੱਡੇ ਹੁੰਦੇ ਸੀਗੇ ਉਹਨਾਂ ਨੇ ਕਹਿੰਦੇ ਜੇ ਕੁਝ ਪਾ ਦੇਣਾ ਮੇਰੇ ਅਰਗੇ ਨੂੰ ਵੀ ਸਮਝਣਾ ਔਣੀ ਹਾਂ ਭਾਈ ਇੰਨੇ ਹੀ ਦੇਣੇ ਆ ਤੇ ਇੰਨੇ ਹੀ ਲੈਣੇ ਆ ਉਹ ਹਿਸਾਬਕਤਾ ਬੰਦਾ ਸੀ ਪਰ ਹੁਣ ਸਾਡੀਆਂ ਧੀਆ ਨੇ ਕਹਿੰਦੇ ਘਰ ਦੀ ਅੱਧੀ ਕਬੀਲਦਾਰੀ ਥਾਮ ਰੱਖੀ ਹੈ ਜਦੋਂ ਕਹਿੰਦੇ ਆ ਵੀ ਫਲਾਣਾ ਕੰਮ ਆਇਆ ਤਾਂ ਪਪਾ ਇੰਨੇ ਦਾ ਨਹੀਂ ਸੀ ਉਹ ਇੰਨੇ ਦਾ ਸੀ ਪੰਜਾ ਸੈਕਿੰਡਾਂ ਦੇ ਵਿੱਚ ਕਹਿੰਦੇ ਉਹ ਸੋਲਵਡ ਕਰ ਦਿੰਦੀਆਂ ਪਰ ਸਭ ਤੋਂ ਵੱਡੀ ਖਾ ਬੈਟਲ ਵੀ ਧੀ ਦੇ ਗੱਲ ਦੇ ਵਿੱਚ ਪਾਇਆ ਹੋਇਆ ਹੈ ਇੰਡੀਆ ਬੁੱਕ ਆਫ ਰਿਕਾਰਡ ਬਹੁਤ ਸਾਰੇ ਰਿਕਾਰਡ ਇਨਾਂ ਧੀਆ ਨੇ ਆਪਣੇ ਨਾਮ ਕਰ ਲਏ ਨੇ ਤੇ ਪਰ ਸਭ ਤੋਂ ਵੱਡੀ ਖਾਸੀਅਤ ਦੀ ਗੱਲ ਇਹ ਆ ਵੀ ਕਹਿੰਦੇ ਵੀ ਪਿਓ ਪਰਪੂਤ ਨਸਲ ਪਰ ਕੋੜਾ ਪੋਤਾ ਨਹੀਂ ਤਾਂ ਥੋੜਾ ਥੋੜਾ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਇਹਨਾਂ ਧੀਆ ਨੂੰ ਗਾਈਡ ਕਰਦੇ ਨੇ ਇੱਕ ਇਹਨਾਂ ਦੀ ਸਟੂਡੈਂਟ ਹੈ ਤੇ ਇੱਕ ਇਹਨਾਂ ਦੀ ਧੀ ਹੈ ਦੂਸਰੀ ਸਟੂਡੈਂਟ ਵੀ ਧੀ ਵਰਗੀ ਹੈ ਕਿਉਂਕਿ ਉਹ ਇਹਨਾਂ ਦੇ ਕੋਲੇ ਹੀ ਸਾਰਾ ਦਿਨ ਇੱਥੇ ਸਿੱਖਦੀ ਹੈ ਸਾਰਾ ਦਿਨ ਜਿਹੜਾ ਕੰਮ ਕਾਰ ਇੱਥੇ ਸਭ ਕੁਝ ਚੱਲਦਾ ਹੈ ਸਟੱਡੀ ਦਾ ਸਭ ਤੋਂ ਵੱਡੀ ਗੱਲ ਜੇ ਗੱਲ ਕਰ ਲਈਏ ਤਾਂ ਪਿਤਾ ਜੀ ਦੀ ਕਿਉਂਕਿ ਪਿਤਾ ਕਰਨ ਲੱਗੇ ਸੀ ਤੇ ਪਰ ਹੁਣ ਇੱਕ ਪ੍ਰੋਫੈਸ਼ਨਲ ਤੌਰ ਤੇ ਵੀ ਇਸ ਚੀਜ਼ ਨੂੰ ਅਸੀਂ ਅਡਾਪਟ ਕਰ ਲਿਆ ਹੁਣ ਦੇਖ ਸਕਦੇ ਹੋ ਤੁਸੀਂ ਧੀਆਂ ਤੇ ਆਪਾਂ ਧੀਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਡੈਮੋ ਦਿਖਾ ਦਈਏ ਕਿਉਂਕਿ ਅਕਸਰ ਬੰਦਾ ਕਹਿੰਦਾ ਵੀ ਯਾਰ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾਂ ਡੈਮੋ ਤੋਂ ਸਟਾਰਟ ਕਰੀਏ ਫਿਰ ਆਪਾਂ ਗੱਲਬਾਤ ਅਗਲੀ ਕਰਾਂਗੇ ਮੈਂ ਮੋਬਾਈਲ ਦੇ ਉੱਪਰ ਕੈਲਕੂਲੇਟਰ ਕੱਢ ਲਿਆ ਜੀ ਇਹ ਕੈਲਕੂਲੇਟਰ ਕੱਢਿਆ ਤੇ ਹੁਣ ਕੈਲਕੂਲੇਟਰ ਦੇ ਦੱਸਣਾ ਕੁਝ ਨਹੀਂ ਤੇ ਸਪੀਡ ਦੇ ਹਿਸਾਬ ਨਾਲ ਜੋੜ ਘਟਾਓ ਕਰਾਂਗੇ ਆਪਾਂ ਕੀ ਬਣਦਾ ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਕੈਲਕੂਲੇਟਰ ਹੈ ਕੈਲਕੂਲੇਟਰ ਆਪਾਂ ਇਹਨਾਂ ਨੂੰ ਦਿਖਾ ਪਲੱਸ ਉਸ ਤੋਂ ਬਾਅਦ ਆਪਾਂ ਕਰਤਾ 68 ਪਲੱਸ ਉਸ ਤੋਂ ਬਾਅਦ ਆਪਾਂ ਕਰਤਾ 25 ਪਲੱਸ ਉਸ ਤੋਂ ਬਾਅਦ ਕਰਤਾ ਆਪਾਂ 11 ਇਹ ਚਾਰ ਕਿ ਡਿਜੀਟ ਹੀ ਰੱਖਦੇ ਆਪਾਂ ਬਾਹਲਾ ਨਹੀਂ ਕਰਦੇਗੇ ਫਿਰ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਤੇ ਆਵਾਂਗੇ ਲਓ ਸਰ ਹੁਣ ਤੁਸੀਂ ਨੋਟ ਕਰ ਲਿਆ ਨਾਲ ਨਾਲ 45 68 25 11 1149 ਦੁਬਾਰਾ ਦੱਸਿਓ ਜੀ ਕਿੰਨਾ ਹੋ ਗਿਆ ਜੀ 149 ਤੁਸੀਂ ਦੱਸਿਓ ਜੀ ਕਿੰਨਾ ਹੋ ਗਿਆ ਜੀ 149 ਬਿਲਕੁਲ ਜੀ ਦੇਖੋ ਕੈਲਕੂਲੇਟਰ ਮੇਰੇ ਹੱਥ 'ਚ ਹੈ ਤੇ ਕਿਤਾਬ ਉਹਨਾਂ ਦੇ ਹੱਥ 'ਚ ਹੈ ਤੇ ਕੁੜੀਆਂ ਦੇ ਕੋਲੇ ਮੈਨੂੰ ਲੱਗਦਾ ਨਹੀਂ ਕੁਝ ਹੈਗਾ ਦੁਬਾਰਾ ਫੇਰ ਆਪਾਂ ਇੱਕ ਵਾਰ ਡੈਮੋ ਤੇ ਆ ਜੰਨੇ ਆ ਮੈਂ ਕਹਿੰਦਾ ਕਾਪੀ ਥੋੜੀ ਜੀ ਤੁਸੀਂ ਉਧਰ ਕਰ ਲਓ ਜੀ ਕਿਉਂਕਿ ਕਿ ਦਰਸ਼ਕ ਕਹਿ ਦੇਣਗੇ ਵੀ ਕਾਪੀ ਕਿਤੇ ਸਾਹਮਣੇ ਨਾ ਆ ਗਈ ਹੋਵੇ ਹੁਣ ਉਸ ਤੋਂ ਬਾਅਦ ਜਿਹੜੀ ਨੈਕਸਟ ਆਪਾਂ ਕਰ ਲੈਨੇ ਜੀ 11 ਉਸ ਤੋਂ ਬਾਅਦ ਪਲੱਸ 78 ਇੱਕ ਮਿੰਟ ਜੀ ਇੱਕ ਮਿੰਟ ਗਲਤ ਹੋ ਗਿਆ ਜੀ 11 ਪਲੱਸ

ਤੁਹਾਨੂੰ ਕੀ ਲੱਗਿਆ 421 421 ਮੈਨੂੰ ਲੱਗਦਾ ਵੀ ਥੋੜੀ ਜੀ ਮਾਈਂਡ ਦੇ ਵਿੱਚ ਸਾਡੀ ਵੱਡੀ ਕੁੜੀ ਜ਼ਿਆਦਾ ਤੇਜ਼ ਆ ਉਧਰ ਵੀ ਚੈੱਕ ਕਰ ਲਓ ਜੀ 421 ਹੀ ਆਇਆ ਕਿਉਂਕਿ ਸਭ ਤੋਂ ਵੱਡੀ ਜੇ ਗੱਲ ਕਰੀਏ ਤਾਂ ਇਹਨਾਂ ਬੱਚੀਆਂ ਦੀ ਇਹਨਾਂ ਬੱਚੀਆਂ ਨੂੰ ਕੈਲਕੂਲੇਟਰ ਗਰਲ ਕਿਹਾ ਜਾਂਦਾ ਹੈ ਰਾਮਪੁਰੇ ਦੇ ਵਿੱਚ ਇਹਨਾਂ ਦਾ ਨਾਮ ਵੀ ਮਸ਼ਹੂਰ ਹੈ ਆਪਾਂ ਪਹਿਲਾਂ ਸਰ ਤੋਂ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਪ੍ਰਾਇਮੇਸ਼ਾ ਤੇ ਬਹੁਤ ਥੈਂਕ ਯੂ ਸਰ ਥੈਂਕ ਯੂ ਜੀ ਸਰ ਤਾਂ ਠੀਕ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਜਿਵੇਂ ਮੈਂ ਆਖਿਆ ਵੀ ਇਹ ਸਾਡੀਆਂ ਧੀਆਂ ਕੈਲਕੂਲੇਟਰ ਗਰਲਸ ਨੇ ਕਿਸ ਤਰ੍ਹਾਂ ਲੱਗਦਾ ਹੈ ਕਿਉਂਕਿ ਅੱਜ ਧੀਆਂ ਨੇ ਉਹ ਮਕਾਮ ਪਾ ਲਿਆ ਜਿਹੜਾ ਮਕਾਮ ਪਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ ਅੱਜ ਧੀਆਂ ਨੇ ਕਿਤਾਬਾ ਜਿਹੜਾ ਸੇਰਾ ਕਹਿੰਦੇ ਵੀ ਰਾਮਪੁਰੇ ਦੇ ਵਿੱਚ ਬਹੁਤ ਉੱਚਾ ਚੱਕਤਾ ਬਿਲਕੁਲ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਵੀ ਅਸੀਂ ਹੁਣ ਬਾਜ਼ਾਰ ਤੇ ਵਿੱਚ ਜਾ ਰਹੇ ਹਾਂ ਸਾਨੂੰ ਲੋਕ ਰੋਕ ਰੋਕ ਕੇ ਵਧਾਈਆਂ ਦੇ ਰਹੇ ਆ ਵੀ ਅੱਛਾ ਤੁਹਾਡੀ ਕੁੜੀ ਨੇ ਇਹ ਰਿਕਾਰਡ ਬਣਾਇਆ ਹੈ ਲੋਕ ਰਾਮਪੁਰੇ ਫੂਲ ਦੇ ਵਿੱਚ ਵੀ ਅਸੀਂ ਮੈਂ ਦੇਖ ਰਿਹਾ ਇੰਨੇ ਦਿਨ ਜਸ਼ਨ ਦਾ ਮਾਹੌਲ ਜੀ ਮੈਂ ਆਪਾਂ ਕਹਿ ਦਿੰਦਾ ਵੀ ਰਾਮਪੁਰੇ ਫੂਲ ਦਾ ਨਾਮ ਇੰਡੀਆ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਮਸ਼ਹ ਪੂਰੇ ਇੰਡੀਆ ਦੇ ਵਿੱਚ ਇੱਕ ਪਛਾਣ ਹੈ ਬਹੁਤ ਆਮਨ ਤੇ ਸਾਨੂੰ ਚੰਡੀਗੜ੍ਹ ਤੋਂ ਵੀ ਕੀ ਰਿਸ਼ਤੇ ਰਾਂ ਦੇ ਫੋਨ ਆ ਜਦੋਂ ਉੱਥੇ ਉਹਨਾਂ ਨੇ ਖਬਰਾਂ ਵਗੈਰਾ ਦੇਖੀਆਂ ਉਹ ਕਹਿੰਦੇ ਸਾਡੇ ਆਂਡ ਗਮਾਂ ਵਿੱਚ ਪੁੱਛਦੇ ਵੀ ਰਾਮਪਰਾ ਫੁੱਲ ਕਿੱਥੇ ਆ ਅੱਜ ਇਹ ਚੀਜ਼ ਸਾਨੂੰ ਨੂੰ ਮਿਲਦੀ ਵੀ ਰਾਮਪਰਾ ਫੁੱਲ ਕਿੱਥੇ ਆ ਜਿੱਥੋਂ ਇੰਨੇ ਬੱਚੇ ਰਿਕਾਰਡਸ ਬਣਾ ਕੇ ਜਾਂ ਇਸ ਲੈਵਲ ਤੇ ਜਾ ਰਹੇ ਹਨ ਤਾਂ ਨੇਚਰਲੀ ਮੈਂ ਤਾਂ ਇੰਨਾ ਬੱਚਿਆਂ ਦਾ ਟੀਚਰ ਵੀ ਹਾਂ ਠੀਕ ਹੈ ਇਹ ਤਾਂ ਲੜਕੀ ਵੀ ਦੀ ਮੇਰੀ ਸਟੂਡੈਂਟ ਹੈ ਪਰ ਸਟੂਡੈਂਟ ਦੇ ਨਾਲ ਨਾਲ ਮੈਂ ਕਹਨਾ ਆਦੀ ਖੁਦ ਦੀ ਬੱਚੀ ਵਰਗੀ ਹੀ ਹੈ ਠੀਕ ਹੈ ਅਕਸਰ ਜਿੱਕਰ ਗੱਲ ਕਰੀਏ ਤਾਂ ਅਕਸਰ ਆਪਾਂ ਕਹਿੰਦੇ ਨੇ ਵੀ ਜਿਹੜਾ ਮੈਥ ਮੈਥਮੈਟਿਕ ਐਸਾ ਸਬਜੈਕਟ ਹੈ ਜੀਤੋਂ ਬੱਚਿਆਂ ਨੂੰ ਮੈਂ ਕਹਿੰਦਾ ਜੇ ਕਿਸੇ ਨੂੰ ਕਹਿਦੀ ਨਾ ਵੀ 10th ਤੋਂ ਬਾਅਦ ਵੀ ਮੈਥ ਉਹ ਕਹਿੰਦਾ ਨਾ ਯਾਰ ਭਰਾਵਾ ਮੈਥ ਦੇ ਨੇੜੇ ਨਹੀਂ ਟੱਪਣਾ ਹੋਰ ਜਿਹੜਾ ਮਰਜੀ ਸਬਜੈਕਟ ਲੈ ਦੇ ਬਿਲਕੁਲ ਸਹੀ ਹੈ ਜੀ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਭਾਈ ਸਾਹਿਬ ਅੱਜ ਇਹ ਪੂਰੀ ਇੰਡੀਆ ਦੀ ਆਪਾਂ ਗੱਲ ਕਰੀ ਗਏ ਇੱਕ ਸਰਵੇ ਹੋਇਆ ਭਾਰਤ ਸਰਕਾਰ ਵੱਲੋਂ ਵੀ ਕੁਝ ਸਮੇਂ ਪਹਿਲਾਂ 80% ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਮੈਥ ਨੂੰ ਲੈ ਕੇ ਡਰ ਪਾਇਆ ਜਾਂਦਾ ਹੈ ਮੈਥ ਫੋਬੀਆ ਜਿਹਨੂੰ ਕਹ ਦਿੰਦੇ ਆਪਾਂ ਆਂਦਾ ਹੁੰਦਾ ਲੇਕਿਨ ਡਾਰੇ ਮੰਨ ਦੇ ਵਿੱਚ ਉਹ ਡਰ ਦੇ ਕਰਕੇ ਹੀ ਬੱਚੇ ਪਰਫਾਰਮ ਨਹੀਂ ਕਰ ਪਾਉਂਦੇ ਆਪਣੇ ਪੇਪਰਾਂ ਦੇ ਵਿੱਚ ਔਰ ਪਿੱਛੇ ਰਹਿ ਜਾਂਦੇ ਹਨ ਇੰਜੀਨੀਅਰਿੰਗ ਵਗੈਰਾ ਦੇ ਵਿੱਚ ਵਰਲਡਵਾਈਡ ਵੀ ਆਪਾਂ ਦੇਖੀਏ ਆਪਾਂ ਫੋਰਨ ਕੰਟਰੀਜ਼ ਦੇ ਵਿੱਚ ਵੀ ਗੱਲ ਕਰੀਏ ਉੱਥੇ ਵੀ ਮੈਥ ਨੂੰ ਲੈ ਕੇ ਬਹੁਤ ਵੱਡਾ ਹੂਆ ਹੈ ਲੇਕਿਨ ਮੈਥ ਇੱਕ ਹੀ ਜਜ ਸਬਜੈਕਟ ਰਹੇਗਾ ਅਗਰ ਉਸ ਨੂੰ ਬੱਚਾ ਇੱਕ ਕਰ ਸਮਝ ਲੈਂਦਾ ਤਾਂ 100% ਸਕੋਰਿੰਗ ਵਾਲਾ ਕੰਨਿਆ ਜਿਸ ਦੇ ਵਿੱਚ ਪੂਰੇ ਦੇ ਪੂਰੇ ਨੰਬਰ ਦੇਣ ਹੀ ਪੈਂਦੇ ਟੀਚਰ ਨੂੰ ਅਗਰ ਤੁਸੀਂ ਸਹੀ ਹੋ ਤਾਂ ਉਹ ਟੈਕਨੀਕ ਦੇ ਨਾਲ ਜਦੋਂ ਅਸੀਂ ਬੱਚੇ ਨੂੰ ਜਿਵੇਂ ਆਪਾਂ ਕਹਿੰਦੇ ਰਹੀਏ ਰਾਈਟਿੰਗ ਦੇ ਨੰਬਰ ਵੀ ਨਹੀਂ ਖਾਦੇ ਜਾਂਦੇ ਬਿਲਕੁਲ ਕੁਝ ਨਹੀਂ ਜੇ ਆਨਸਰ ਤੁਹਾ ਐਕਟੀਵੇਟ ਕਰਦਾ ਆਪਣੇ ਕਿਉਂਕਿ ਜਦੋਂ ਆਪਾਂ ਮੈਥ ਕਰਦੇ ਹੁੰਦਾ ਬ੍ਰੇਨ ਆਟੋਮੈਟਿਕਲੀ ਤੁਹਾਡਾ ਡਿਪਰੈਸ਼ਨ ਚੋਂ ਬਾਹਰ ਆ ਗਿਆ ਕੈਲਕੂਲੇਸ਼ਨ ਚ ਕਰ ਰਹੇ ਹਾਂ ਤਾਂ ਮੈਥ ਦੀ ਨਾਲ ਤੁਹਾਡੀ ਬ੍ਰੇਨ ਦੀ ਐਕਸਰਸਾਈਜ਼ ਵੀ ਹੁੰਦੀ ਹੈ ਇਹਦਾ ਥੋੜਾ ਜਿਹਾ ਗੁਣ ਸਾਨੂੰ ਵੀ ਦੇ ਦਿਓ ਨਾਲੇ ਦਰਸ਼ਕਾਂ ਨੂੰ ਦੇ ਦਿਓ ਕਿਉਂਕਿ ਅਕਸਰ ਆਪਾਂ ਕਹਿ ਦਿੰਦੇ ਹਾਂ ਨਾ ਕਹਿੰਦੇ ਵੀ ਜਰ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਨਾ ਅੱਜ ਕੱਲ੍ਹ ਦੀ ਸਮੇਂ ਦੀ ਗੱਲ ਕਰ ਲੈ ਕਹਿੰਦੇ ਲੋਕ ਆ ਕਿਤਾਬੀ ਕੀੜੇ ਬਣ ਗਏ ਕਿਤਾਬ ਪੜ ਲਈ بس ਪੜ ਲਈ ਕਹਿੰਦੇ ਵੀ ਉਹ ਜ਼ਿਆਦਾਤਰ ਰੱਟੇ ਵਾਲਾ ਸਿਸਟਮ ਜੀ ਨੂੰ ਆਪਾਂ ਕਹਿ ਦਿੰਦੇ ਆ ਪਰ ਟੈਕਨੀਕਲੀ ਤੌਰ ਤੇ ਬਹੁਤ ਘੱਟ ਹੈ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜੇ ਇਸ ਤਰ੍ਹਾਂ ਦੀਆਂ ਤਕਨੀਕਾਂ ਬੱਚਿਆਂ ਨੂੰ ਆਉਣ ਤਾਂ ਟੈਕਨੀਕਲੀ ਤੌਰ ਤੇ ਬੱਚੇ ਇੰਨੇ ਕਹਾੜ ਹੋ ਜਾਣ ਵੀ ਉਹਨਾਂ ਨੂੰ ਕਿਤਾਬ ਤਾਂ ਚੱਕਣ ਦੀ ਲੋੜ ਹੀ ਨਾ ਪਵੇ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਅੱਜ ਐਕਚੁਅਲੀ ਜਿਉਂ ਤੁਸੀਂ ਦੱਸੀ ਹੈ ਵੀ ਕਿਤਾਬੀ ਕੀੜੇ ਵਾਲੀ ਗੱਲ ਹੀ ਹੈ ਰੈਟਾਫਿਕੇਸ਼ਨ ਹੀ ਜ਼ਿਆਦਾ ਚੱਲਦਾ ਹੈ ਹੂੰ ਔਰ ਉਹ ਬੱਚੇ ਜਦੋਂ ਅੱਗੇ ਜਾਂਦੇ ਆ ਲਾਈਫ ਦੇ ਵਿੱਚ ਤੇ ਆਪਣੇ profession ਦੇ ਵਿੱਚ ਜਾ ਕੇ ਉੱਥੇ ਫਸਟਕ ਹੋ ਜਾਂਦਾ ਕਿਉਂਕਿ ਪ੍ਰੈਕਟੀਕਲੀ ਨੋਲਿਜ ਨਹੀਂ ਹੁੰਦੀ ਲੇਕਿਨ ਬੱਚੇ ਆ ਬੈਕਸਵਾਰਗੇ ਟੈਕਨੀਕ ਦੇ ਨਾਲ ਜਦੋਂ ਕੈਲਕੂਲੇਸ਼ਨ ਸਿੱਖਦੇ ਆ ਬ੍ਰੇਨ ਜਿਹਨੂੰ ਆਪਾਂ ਕਹਿੰਦੇ ਆ ਬ੍ਰੇਨ ਦੀ ਐਕਸਰਸਾਈਜ਼ ਕਰਦੇ ਆ ਬ੍ਰੇਨ ਡਿਵੈਲਪਮੈਂਟ ਹੋ ਜਾਂਦਾ ਮਾਈਂਡ ਸ਼ਾਰਪ ਹੋ ਜਾਂਦਾ ਤਾਂ ਉਹਨਾਂ ਦੇ ਲਈ ਮੈਥ ਨਹੀਂ ਔਰ ਸਾਰੇ ਸਬਜੈਕਟ ਸਕੂਲ ਦੇ ਬੜੇ ਈਜ਼ੀ ਹੋ ਜਾਂਦੇ ਆ ਸਟੱਡੀ ਜਿਹੜੀ ਸਟ੍ਰੈਸ ਵਾਲੀ ਅੱਜ ਦੀ ਡੇਟ ਸੀਗੀ ਆ ਸਟੱਡੀ ਸਟ੍ਰੈਸ ਨਹੀਂ ਰਹਿੰਦੀ ਸਟੱਡੀ ਉਹਨਾਂ ਲਈ Enjoy ਬਣ ਜਾਂਦੀ ਹੈ ਉਹ ਖੁਸ਼ ਹੋ ਕੇ ਪੜਦਣ ਤੁਸੀਂ ਦੇਖਿਆ ਇਹ ਕਲੀ ਇੰਜੋਏ ਸਟੱਡੀਜ਼ ਨੂੰ ਮੈਂ ਕਹ ਜੀ ਬੈਕਸ ਨਾਲ ਦੀ ਇਹ ਜਿਵੇਂ ਧੀਆ ਸਾਡੀਆਂ ਨੇ ਮੈਂ ਕੱਲ ਨੂੰ ਬੈਂਕ ਦੇ ਵਿੱਚ ਚਲੀਆਂ ਜਾਣ ਤਾਂ ਬੈਂਕ ਦੇ ਵਿੱਚ ਪਹਿਲਾਂ ਤਾਂ 15 ਮਿੰਟ ਹਸਾਬ ਕਿਤਾਬ ਜੀ ਲਾਉਣੇ ਹੁੰਦੇ ਨੇ ਨਾਲ ਦੀ ਨਾਲ ਲਾ ਕੇ ਦੱਸਦੇ ਕਰਨੀਏ ਇੰਨੇ ਨੋਟ ਆ ਪਏ ਐ ਮਸ਼ੀਨਾਂ ਉੱਤੇ ਹੀ ਤਾਂ ਚੱਲਦੀਆਂ ਨੇ ਨਹੀਂ ਬਿਲਕੁਲ ਐਸੀ ਬਾਜ਼ਾਰ ਦੇ ਵਿੱਚ ਵੀ ਕਈ ਵੇਰ ਜਾਂਦੇ ਆ ਮੰਨ ਲਓ ਮੈਂ ਕੋਈ ਕਰਿਆਨੇ ਵਾਲੀ ਦੁਕਾਨ ਤੋਂ ਸਮਾਨ ਲੈਂਦਾ ਉਹਨੇ ਪਰਚੀ ਦੇ ਟੋਟਲ ਲਾ ਕੇ ਮੈਨੂੰ ਪਕੜਾਤਾ ਤੇ ਨਾਲ ਬੇਟੀ ਖੜੀ ਹੁੰਦੀ ਐ ਮੈਂ ਉਸ ਨੂੰ ਫੜਾ ਦਿੰਦਾ ਬੇਟਾ ਚੈੱਕ ਕਰ ਤਾਂ ਇਨਸਟੈਂਟ ਚੈੱਕ ਕਰਕੇ ਫੜਾਉਂਦੇ ਉਹ ਦੁਕਾਨਦਾਰ ਵੀ ਹੈਰਾਨ ਹੁੰਦਾ ਵੀ ਆਹ ਹੋ ਕੀ ਗਿਆ ਵੀ ਜਾ ਕਿ ਹੁਣ ਹੈ ਤਾਂ ਉਹ ਬੱਚੇ ਬਿਨਾਂ ਉਸ ਤੋਂ ਹੀ ਕਰ ਦਿੰਦੇ ਆ ਤਾਂ ਉਸ ਆਪ ਨੂੰ ਉਸ ਚੀਜ਼ ਦੇਖ ਕੇ ਬੜਾ ਪ੍ਰਾਊਡ ਵੀ ਮਹਿਸੂਸ ਹੁੰਦਾ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਔਰ ਇਹੀ ਚੀਜ਼ ਅਗਰ ਸਾਰੇ ਬੱਚਿਆਂ ਤੱਕ ਪਹੁੰਚ ਜਾਣ ਠੀਕ ਹੈ ਲੱਗਦਾ ਵੀ ਜਿੱਦਾਂ ਦੀ ਗੁੜੀਆਂ ਨੂੰ ਨਾਲ ਲੈ ਕੇ ਜਾਂਦੇ ਨੇ ਲੋਕ ਕੁੰਡੀ ਲਾਉਣੋਂ ਵੀ हट ਗਏ ਹੋਣੇ ਹਾਂ ਨਹੀਂ ਬਹੁਤ ਫਰਕ ਪੈਂਦਾ ਉਹ ਚੀਜ਼ਾਂ ਦਾ ਚਲੋ ਵੈਸੇ ਵੀ ਨਹੀਂ ਸੀ ਪਰ ਆਪਾਂ ਕਹਿੰਦੇ ਉਹ ਚੀਜ਼ਾਂ ਐਕਚੁਅਲੀ ਸਹੀ ਹੋ ਜਾਂਦੇ ਆਪਣਾ ਮਨ ਹੀ ਹੁੰਦਾ ਚੈੱਕ ਕਰਨਾ ਤੇ ਡਾਊਟਸ ਆ ਉਹ ਚੀਜ਼ਾਂ ਨਿਕਲ ਜਾਂਦੀਆਂ ਜੀ ਬਸ ਹੁਣ ਥੋੜਾ ਜਿਆਦਾ ਸੀਰੀਅਸ ਟਾਪਿਕ ਤੇ ਵੀ ਨਾਲ ਹੋਣਾ ਵੀ ਕਿਉਂਕਿ ਲੋਕਾਂ ਦੇ ਵਿੱਚ ਨਾ ਜ ਇਹ ਲੋਕਾਂ ਦਾ ਮਾਈਂਡ ਕਿਉਂ ਨਹੀਂ ਇੱਧਰ ਆਉਂਦਾ ਕਿਉਂਕਿ ਅੱਜ ਕੱਲ ਤਾਂ ਖਾਸ ਕਰਕੇ ਜਿਵੇਂ ਆਪਾਂ ਗੱਲ ਕਰਕੇ ਹਟੇ ਵੀ ਮੈਤ ਤੋਂ ਦੂਰ ਜਾਣਾ ਕਿਉਂ ਸੋਚਦੇ ਕਿਉਂ ਨਹੀਂ ਇੱਧਰ ਐਕਚੁਅਲੀ ਲੋਕਾਂ 'ਚ ਜਿਵੇਂ ਆਪਾਂ ਕਹਿੰਦੇ ਜਾਗਰੂਕਤਾ ਦੀ ਘਾਟ ਆ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੇ ਵਿੱਚ ਇਹ ਚੀਜ਼ਾਂ ਦੀ ਹੁਣ ਜਿਵੇਂ ਸੋਸ਼ਲ ਮੀਡੀਆ ਆਇਆ ਇਹਨਾਂ ਚੀਜ਼ਾਂ ਨਾਲ ਹੌਲੀ-ਹੌਲੀ ਚੀਜ਼ਾਂ ਅੱਗੇ ਲੋਕਾਂ ਦਾ ਕਵੈਰ ਹੋ ਰਿਹਾ ਸਾਡੇ ਕੋਲੇ ਸਿਰਫ ਇਹ ਨਹੀਂ ਰਾਮਪਰੇ ਤੋਂ ਬੱਚੇ ਆ ਮੇਰੇ ਕੋਲੇ ਆਨਲਾਈਨ ਬੱਚੇ ਇੰਡੀਆ ਦੇ ਵਿੱਚੋਂ ਵੀ ਬਹੁਤ ਕੋਚਿੰਗ ਲੈ ਰਹੇ ਆ ਬਾਹਰ ਤੋਂ ਵੀ ਬੱਚਿਆਂ ਦੇ ਬਹੁਤ ਕੁਆਰੀਜ਼ ਆਉਂਦੀਆਂ ਹੈਗੀਆਂ ਜ ਹੋਰ ਆਪਾਂ ਸਪਰੈਡ ਕੀਤਾ ਜਾਣਦਾ ਜਿਹੜੇ ਬੱਚੇ ਹੈਗੇ ਆ ਜਿਹੜੇ ਸਟ्रेस ਦੇ ਵਿੱਚ ਰਹਿੰਦੇ ਹਨ ਜਾਂ ਪਰਟੀਨ ਚੀ ਪੜਦੇ ਆ ਜਿਵੇਂ ਕੁਝ ਸਮੇਂ ਪਹਿਲਾਂ ਵੀ ਆ ਰਿਹਾ ਸੀ ਕਿ ਕੋਟੇ ਜਾ ਕੇ ਬਹੁਤ ਬੱਚੇ ਸੁਸਾਈਡ ਕਰ ਰਹੇ ਆ ਬਿਲਕੁਲ ਕਿਉਂਕਿ ਸਟੱਡੀ ਦੇ ਵਿੱਚ ਉਹਨਾਂ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਉਹਨਾਂ ਨੂੰ ਮਾਈਂਡ ਯੂਜ਼ ਹੀ ਨਹੀਂ ਕਰਨਾ ਹੁੰਦਾ ਲੇਕਿਨ ਅਗਰ ਸਟੱਡੀ ਦੇ ਵਿੱਚ ਆਪਾਂ ਟੈਕਨੀਕਸ ਐਡ ਕਰ ਦਿੰਨੇ ਆ ਵੀ ਮਾਈਂਡ ਪਾਵਰ ਨੂੰ ਕਿਵੇਂ ਯੂਜ਼ ਕਰਨਾ ਹੈ ਕਟ એનર્ਜੀ ਦੇ ਨਾਲ ਵਧੀਆ ਨੰਬਰਸ ਕਿਵੇਂ ਲੈਣੇ ਉਹ ਟੈਕਨੀਕ ਬੱਚੇ ਸਿੱਖਸ ਲਾਂਦੇ ਆ ਤਾਂ ਕਿ ਸੋ ਸੈਟੀਸਫਾਈ ਕਰਾ ਚੀਜ਼ਾਂ ਤਾਂ ਆਪਾਂ ਥੱਲ ਪਾਸੇ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਕੱਲੇ ਬਲੈਕ ਬੋਰਡ ਹੀ ਕਾਲੇ ਹੋ ਰਹੇ ਆ ਪਰ ਉਹਨਾਂ ਦੇ ਬੱਚਿਆਂ ਦੇ ਦਿਮਾਗ ਨੂੰ ਡਿਵੈਲਪ ਨਹੀਂ ਕੀਤਾ ਜਾ ਰਿਹਾ ਨਹੀਂ ਦੇਖੋ ਸਕੂਲਸ ਦੇ ਵਿੱਚ ਵੀ ਆਪਾਂ ਕਹਿੰਦੇ ਆ ਪ੍ਰੈਸ਼ਰ ਹੈ ਬੱਚਾਂ ਦੇ ਬੁੱਕਸ ਬਹੁਤ ਜ਼ਿਆਦਾ ਹੋ ਗਈਆਂ ਪੁਰਾਣੇ ਸਮੇਂ ਦੇ ਵਿੱਚ ਇੰਨੀਆਂ ਬੁੱਕਸ ਨਹੀਂ ਹੁੰਦੀਆਂ ਸੀ ਠੀਕ ਹੈ ਇਹਨਾਂ ਕੰਪੀਟੀਸ਼ਨ ਹਾਰਡ ਨਹੀਂ ਹੁੰਦਾ ਸੀ ਤਾਂ ਬੱਚੇ ਰਿਲੈਕਸ ਹੋ ਕੇ ਸਟੱਡੀਜ਼ ਨੂੰ ਕਰਦੇ ਸੀ ਹੁਣ ਬੱਚਿਆਂ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਠੀਕ ਹੈ ਸਟਰੈਂਥ ਵੀ ਕੀ ਵਾਰ ਹਮ ਤਾਂ ਆਪਾਂ ਦੇ ਦਿੰਦੇ ਕੁਝ ਸਕੂਲਾਂ ਦੀ ਸਟਰੈਂਥ ਵੀ ਕਲਾਸਾਂ ਚੋਂ ਜ਼ਿਆਦੀ ਹੁੰਦੀ ਹੈ ਬਹੁਤ ਸਾਰੇ ਫੈਕਟਰਸ ਉਹਦੇ ਵਿੱਚ ਆ ਜਾਂਦੇ ਹਨ ਦੇਖੋ ਵੀ ਤੁਹਾਨੂੰ ਕਿਹਨੇ ਕਿਹਾ ਜਿਵੇਂ ਟੈਕਨੀਕਲ ਯੁੱਗ ਜਿਵੇਂ ਜਿਵੇਂ ਵਧਿਆ ਜਿਵੇਂ ਮੋਬਾਈਲ ਦੀ ਟੈਕਨੋਲੋਜੀ ਦੀ ਮੈਂ ਗੱਲ ਕਰ ਲਾਂ ਵੀ ਹੁਣ ਬੱਚੇ ਨੂੰ ਥੋੜਾ ਜਿਹਾ ਜਿਵੇਂ ਹੁਣ ਕੋਈ ਵੀ ਸਵਾਲ ਦਾ ਹੱ ਇਹ ਵਾਲਾ ਧਿਆਨ ਦੇ ਕੇ ਟੈਕਨੀਕਲ ਵਾਲੇ ਪਾਸੇ ਹੈਗਾ ਵੀ ਛੇਦੀ ਛੇਦੀ ਕੰਮ ਨਾ ਵੀੜੋ ਹਾਂ ਇਹ ਬਿਲਕੁਲ ਡਰਾਅ ਬੈਕ ਹੈਗਾ ਉਹ ਚੀਜ਼ ਦਾ ਟੈਕਨੀਕ ਜਦੋਂ ਵੀ ਕੋਈ ਆਂਦੀ ਆ ਉਹਦੇ ਪਲੱਸ ਵੀ ਆ ਮਾਈਨਸ ਵੀ ਆਪਾਂ ਜੂਜ ਕਿਸ ਤਰ੍ਹਾਂ ਕਰਦੇ ਆ ਠੀਕ ਹੈ ਗੂਗਲ ਤੇ ਅਨਸਰਸ ਆਪਨੂੰ ਨੋ ਡਾਊਟ ਵਾਲੀ ਇਕੁਇਪਲੀ ਮਿਲਦਾ ਏ ਲੇਕਿਨ ਤੁਹਾਡਾ ਬ੍ਰੇਨ ਤਾਂ ਨਹੀਂ ਡਿਵੈਲਪ ਹੋ ਰਿਹਾ ਬਿਲਕੁਲ ਜ਼ਰੂਰਤ ਤੁਹਾਡੇ ਹਰ ਸਮੇਂ ਤੁਹਾਡੇ ਕੋਲੇ ਮੋਬਾਈਲ ਨਹੀਂ ਹੋ ਸਕਦਾ ਹਰ ਥਾਂ ਤੇ ਹਰ ਥਾਂ ਤੇ ਤੁਹਾਡੇ ਕੋਲੇ ਕੈਲਕੂਲੇਟਰ ਅਵੇਲੇਬਲ ਨਹੀਂ ਹੋਣੇ ਲੇਕਿਨ ਜੇ ਤੁਸੀਂ ਬ੍ਰੇਨ ਡਿਵੈਲਪ ਕਰਦੇ ਹੋ ਆਪਣਾ ਬ੍ਰੇਨ ਨੂੰ ਐਕਟੀਵ ਤੋਂ ਉਹ ਬੋਸ ਜੀ ਜਾਂ ਚ ਕੈਲਕੂਲੇਟਰ ਦੀ ਲੋੜ ਹੀ ਨਹੀਂ ਹੈ ਬ੍ਰੇਨ ਤਾਂ ਤੁਹਾਡਾ ਹਰ ਸਮੇਂ ਤੁਹਾਡੇ ਨਾਲ ਰਹਿਣਾ ਹੈ ਆਜੂ ਫਿਰ ਥੋੜੇ ਜਿਹਾ ਸਵਾਲ ਜਵਾਬ ਹੋਰ ਹੋ ਜਾਣ ਆਉਣ ਕਿਉਂਕਿ ਟੀਚਰ ਵਾਲੇ ਹਿਸਾਬ ਨਾਲ ਚੱਲਣਗੇ ਕਿਉਂਕਿ ਤੁਸੀਂ ਮੈਂ ਕਰੂ ਮੇਰਾ ਮੋਬਾਈਲ ਲੈ ਲਓ ਤੇ ਇਹ ਤੇ ਕੈਲਕੂਲੇਟਰ ਯੂਜ਼ ਕਰਦੇ ਰਹੋ ਤੇ ਇਹਦੇ ਨਾਲ ਤੁਸੀਂ ਤੁਹਾਨੂੰ ਪਤਾ ਲੱਗਦਾ ਰਹੇਗਾ ਵੀ ਕੀ ਕੀ ਕਿਹੜੇ ਜੇ ਆਪਣੇ ਕੋਲ ਕੈਲਕੂਲੇਟਰ ਘਰੇ ਪਿਆ ਤਾਂ ਕੈਲਕੂਲੇਟਰ ਮੰਗਾ ਲੈਣੇ ਆਪਾਂ ਕੋਈ ਕੈਲਕੂਲੇਟਰ ਨਹੀਂ ਹੈਗਾ ਅੱਛਾ ਸੱਚ ਸਾਡੀਆਂ ਤਾਂ ਕੁੜੀਆਂ ਹੀ ਕੈਲਕੂਲੇਟਰ ਨੇ ਆਉਣ ਦਿਓ ਫਿਰ ਤੁਸੀਂ 45 60 ਮੈਂ ਸੋਸ਼ੀ ਕੈਲਕੂਲੇਟਰ ਆਪਣੇ ਹੱਥ ਫੜੋ ਮੈਂ ਕਾਪੀ ਤੇ ਕਰਦਾ ਐਕਚੁਅਲੀ ਇੱਕ ਵਾਰੀ ਅੱਛਾ ਬਿਲਕੁਲ ਆਪਾਂ ਕੈਲਕੂਲੇਟਰ ਕਿਉਂਕਿ ਸਰ ਕਹਿੰਦੇ ਵੀ ਅਸੀਂ ਇਸ ਤੀ ਨੂੰ ਲੈ ਕੇ ਚੱਲੇ ਆ ਪਰ ਮੈਂ ਇਧਰੋਂ ਫਿਰ ਦੁਬਾਰਾ ਹੀ ਕਰ ਆਪਦੇ ਹਿਸਾਬ ਨਾਲ ਚੱਲਦਾ 45 आ, आ, मैं, 25, मैं, 25 मैं, आ, 65 12 147 147 ਕਿੰਨਾ ਹੋ ਗਿਆ ਜੀ 47 ਲੋ ਜੀ ਫਿਰ ਸਵਾਲ ਬਿਲਕੁਲ 147 ਬਿਲਕੁਲ ਸਾਰਾ ਕੁਝ ਸਹੀ ਹੈ ਤੇ ਸਰ ਹੁਣ ਤੁਹਾਡੇ ਵਾਲੇ ਹਿਸਾਬ ਨਾਲ ਬਿਲਕੁਲ ਜੀ ਹਾਂ 38

ਬਿਲਕੁਲ ਮੈਂ ਇਹ ਇਹ ਜੇ ਜੇ ਗੱਲ ਕਰੀਏ ਤਾਂ ਕਾਪੀ ਤੇ حساب ਤੇ ਕਹਿੰਦੇ ਦੂਸਰੇ ਪਾਸੇ ਸਾਡੇ ਕੈਲਕੂਲੇਟਰ ਕੁੜੀਆਂ ਦਾ حساب ਤਕਰੀਬਨ ਤਕਰੀਬਨ ਬਰਾਬਰ ਹੈ ਮੈਂ ਕਹਿੰਨਾ ਸਰ ਇੱਕ ਵਾਰ ਆਪਾਂ ਮੋਬਾਈਲ ਦੇ ਕੈਲਕੂਲੇਟਰ ਤੋਂ ਯੂਜ਼ ਕਰਕੇ ਕੁਝ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਤੁਸੀਂ ਵੀ ਆਪਦੇ ਤਰੀਕੇ ਨਾਲ ਕਰਕੇ ਦੇਖਿਓ ਕਿਉਂਕਿ ਕਿਉਂਕਿ ਬੱਚਿਆਂ ਦਾ ਪਤਾ ਲੱਗ ਸਕੇ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਬੱਚਿਆਂ ਨੂੰ ਕੈਮਰੇ ਸਾਹਮਣੇ ਲਿਆਉਣ ਦਾ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਹੜੇ ਮੈਥ ਤੋਂ ਡਰਦੇ ਨੇ ਹਿਸਾਬ ਕਿਤਾਬ ਤੋਂ ਡਰਦੇ ਨੇ ਪਰ ਇਹਨਾਂ 3 ਨੇ ਜਿੱਥੇ ਆਪਣੇ ਪਰਿਵਾਰ ਦਾ ਨਾਮ ਚਮਕਾਇਆ ਰਾਮ ਦਾ ਨਾਮ ਚਮਕਾਇਆ ਤਾਂ ਪਰ ਦੂਸਰੇ ਪਾਸੇ ਇਹ ਇਹ ਚੀਜ਼ ਨੂੰ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚੋਂ ਡਰ ਨੂੰ ਕੱਢਿਆ ਆਪਾਂ ਫਿਰ ਇੱਕ ਵਾਰ ਦੇਖਦੇ ਹਾਂ ਅ 45 प्लस 78 ਅ 25 प्लस 23 प्लस 89 ਲੋ ਜੀ 260 260 ਸਹੀ ਆਇਆ ਜੀ ਬਿਲਕੁਲ ਰਾਈਟ ਆ ਪਰ ਸਭ ਤੋਂ ਵੱਡੀ ਗੱਲ ਤਾਂ ਗੱਲ ਕਰੀਏ ਤਾਂ ਇਧਰ ਵੀ 260 ਨਾਲ ਦੀ ਨਾਲ ਲੱਗ ਗਿਆ ਜੋੜ ਤੁਹਾਡਾ ਮੈਨੂੰ ਲੱਗਦਾ ਤੁਹਾਨੂੰ ਮੈਨੂੰ ਤਾਂ ਜੋੜਨੇ ਲੱਗੇ ਮੈਂ ਤਾਂ ਤੁਹਾਡਾ ਸੁਣ ਕੇ ਲਿਖਿਆ ਜੀ ਇੰਨੀ ਫਾਸਟ ਨਹੀਂ ਲੱਗ ਸਕਦਾ ਅੱਛਾ ਤੁਹਾਡੇ ਤੋਂ ਸ਼ੱਕ ਜੀ ਨਹੀਂ ਹੈ ਨਹੀਂ ਨਹੀਂ ਮੈਂ ਤਾਂ ਜੋ ਤੁਸੀਂ ਕੀਤਾ ਮੈਂ ਬੱਚਾਂ ਤੋਂ ਸੁਣ ਕੇ ਅਨਸਰ ਲਿਖਿਆ ਤਾਂ ਤੁਸੀਂ ਚੈੱਕ ਕਰ ਪਾਓ ਇੰਨੀ ਫਾਸਟ ਵੈਸੇ ਵੈਸੇ ਤੁਹਾਨੂੰ ਯਕੀਨ ਹੁੰਦਾ ਇਹਨਾਂ ਦੇ ਪੂਰਾ ਬਿਲਕੁਲ 100% ਹੈ ਸੋ ਨਿਕ ਜੀ ਸੋਰ ਦਖਾਂ ਮੈਂ ਕਲੀਅਰ ਕਰਨਾ ਚਾਹੁੰਦਾ ਆਪਣੇ ਜੋ ਦਰਸ਼ਕ ਦੇਖ ਰਿਹਾ ਹੁਣ ਜਿਵੇਂ ਆਪਾਂ ਸਵਾਲ ਕੀਤਾ ਸੀ ਇਸ ਤੋਂ ਪਹਿ ਹੁਣ ਇਸ ਸਮ ਨੂੰ ਅਗਰ ਆਪਾਂ ਕਾਪੀ ਤੇ ਕਰਨਾ ਹੋਵੇ ਆਪਾਂ ਨੂੰ ਕੀ ਕਰਨਾ ਪੈਂਦਾ ਜੋ ਆਪਾਂ ਮੈਥਡ ਸਿੱਖਦੇ ਆਪਾਂ ਪਲੱਸ ਵਾਲੇ ਵੱਡੇ ਅਲੱਗ ਕਰਦੇ ਆ ਮਾਈਨਸ ਵਾਲੇ ਅਲੱਗ ਕਰਦੇ ਆ ਵੱਡਿਆਂ ਚੋਂ ਛੋਟਾ ਘਟਾਉਨੇ ਆ ਇਹ ਹੀ ਮੈਥਡ ਆ ਲੇਕਿਨ ਤੁਸੀਂ ਆਲਰੇਡੀ ਦੇਖਿਆ ਬੱਚੇ ਨੇ ਕੁਝ ਨਹੀਂ ਕੀਤਾ ਬੱਚਾ ਨੇ ਨਾਲ ਦੇ ਨਾਲ ਸਮਲਟਾਂ ਦੇ ਅਨਸਰ ਦੇ ਦਿੱਤਾ ਆਪਾਂ ਕਹਿੰਦੇ ਉਂਗਲਾਂ ਤੇ ਗਿਣਕੇ ਜੀ ਨੂੰ ਆਪਾਂ ਕਹਿੰਦੇ ਉਂਗਲਾਂ ਤੇ ਗਿਣਕੇ ਹਿਸਾਬ ਕਰ ਦਿੰਦੇ ਸੀ ਹਾਂ ਉਹ ਚੀਜ਼ ਉਹ ਸਿਸਟਮ ਤਕਰੀਬਨ ਤਕਰੀਬਨ ਟੈਕਨੋਲੋਜੀ ਹੈ ਉਹ ਉਸ ਚੀਜ਼ ਨੂੰ ਹੁਣ ਐਡਵਾਂਸ ਟੈਕਨੋਲੋਜੀ ਦੇ ਨਾਲ ਅੱਗੇ ਹੋਰ ਡਿਵੈਲਪ ਹੋ ਗਿਆ ਸੋ ਹੁਣ ਇੱਕ ਚੀਜ਼ ਮੈਂ ਹੁੰਦਾ ਕਿਸੇ ਰਕਮ ਨੂੰ ਤਿੰਨ ਵਾਰੀ ਮਲਟੀਪਲਾਈ ਕਰਦੇ ਹਾਂ ਤਾਂ ਕਿਊ ਵੈਲਿਊਜ਼ ਨਿਕਲਦੀਆਂ ਜਿਵੇਂ ਫਾਰ ਐਗਜ਼ਾਮਪਲ ਹੈ 3 ਦਾ ਕਯੂਬ ਹੈ ਕਰਨਾ ਤਾਂ ਆਪਾਂ 3 ਨੂੰ ਗੁਣਾ 3 3 ਕਰੀਗੇ ਤਾਂ ਉਹਦਾ ਕਯੂਬ ਵੈਲਿਊ ਜਾਊਗਾ 4 ਦਾ ਕਰਨਾ 4 4 4 25 ਨੂੰ ਕਰਨਾ ਤਾਂ 25 25 25 ਠੀਕ ਹੈ ਇਸ ਤਰ੍ਹਾਂ ਇਹਨੇ 1 ਤੋਂ ਲੈ ਕੇ 50 ਤੱਕ ਦੇ ਕਯੂਬ ਵੈਲਿਊਜ਼ ਨੂੰ 96 ਸਕਿੰਟ ਦੇ ਵਿੱਚ ਕੀਤਾ ਸੀ ਤੇ ਉਹਦਾ ਰਿਕਾਰਡ ਬਣਾਇਆ ਹੈ ਜੀਆ ਸੋ ਨੂੰ ਉਹਦੇ ਇੱਕ ਮੈਂ ਡੈਮੋ ਦੇਣਾ ਚਾਹਨਾ

ਬੇਟਾ ਜੇ ਗੱਲ ਕਰੀਏ ਜਿਵੇਂ ਜਿੰਨੀ ਸਪੀਡ ਨਾਲ ਤੁਸੀਂ ਇਹਨੂੰ ਪੜਿਆ ਆ ਜਾ ਫਿਰ ਜਦੋਂ ਯਾਦ ਕੀਤਾ ਜਾਂ ਇਹਨਾਂ ਨੂੰ ਇਹਨੂੰ ਤੁਸੀਂ ਹਸਾਬ ਕੀਤਾ ਆਪਦੇ ਦਿਮਾਗ ਦੇ ਵਿੱਚ ਹੁਣ ਮੈਂ ਦੇਖਿਆ ਵੀ ਤੁਹਾਡਾ ਦਿਮਾਗ ਨਾਲ ਉਹਨਾਂ ਤੁਹਾਡੀਆਂ ਇੱਕ ਪਾਸੇ ਤਾਂ ਹੱਥ ਚੱਲ ਰਹੀ ਸੀ ਇੱਕ ਪਾਸੇ ਉਂਗਲਾਂ ਚੱਲੀਆਂ ਇੱਕ ਪਾਸੇ ਦਿਮਾਗ ਵੀ ਸਾਰਾ ਕੁਝ ਇਕੱਠੀ ਚੱਲਦੀ ਹੈ ਹਾਂਜੀ ਇਹ ਬੈਕਸ ਦਾ ਕਮਾਲ ਹੈ ਅੱਛਾ ਬੈਕਸ ਦਾ ਕਮਾਲ ਹੈ ਬੈਕਸ ਜੇ ਇਹ ਫਿਰ ਸਿਖਾਇਆ ਕੀਨੇ ਤੁਹਾਨੂੰ ਮੇਰੇ ਮੰਮਾ ਤੇ ਪਾਪਾ ਨੇ ਅੱਛਾ ਤੇ ਕਿੰਨੀ ਉਮਰ ਦੇ ਵਿੱਚ ਬੇਟਾ ਕਰਨ ਲੱਗੇ ਸੀ ਮੈਂ ਸੈਕਿੰਡ ਕਲਾਸ ਵਿੱਚ ਜੁਆਇਨ ਕੀਤਾ ਸੀ ਮੈਂ 2 ਸਾਲ ਤੱਕ ਚੌਥੀ ਕਲਾਸ ਤੱਕ ਕੀਤਾ ਫਿਰ ਮੈਂ ਦਾ ਕੋਰਸ ਨੂੰ ਫਿਰ ਤੋਂ ਵੀ ਕੀਤਾ ਹੂੰ ਬੇਟਾ ਜੇ ਮੈਂ ਸਕੂਲ ਦੀ ਗੱਲ ਕਰਾਂ ਹੁਣ ਜਿਵੇਂ ਸਕੂਲ ਜਿਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਵੀ ਸਟੂਡੈਂਟ ਵੀ ਹੋਣੇ ਆ ਉਹ ਫਿਰ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਵਿਹਾਰ ਰੱਖਦੇ ਆ ਵੀ ਕਿਵੇਂ ਜੇ ਕਿਸੇ ਨੇ ਸਵਾਲ ਦਾ ਜਵਾਬ ਘਟਾਉਣਾ ਤੁਹਾਡੇ ਕੋਲੇ ਆ ਕੇ ਪੁੱਛਣ ਤਾਂ ਨਹੀਂ ਲੱਗ ਜਾਂਦੇ ਪੁੱਛਣ ਲੱਗ ਜਾਂਦੇ ਆ ਕਿ ਇਹ ਪਲੱਸ ਕਰਕੇ ਦੱਸ ਦੇ ਮਾਈਨਸ ਕਰਕੇ ਦੱਸ ਦੇ ਮੈਨੂੰ ਇਹ ਮਲਟੀਪਲਾਈ ਮੈਨੂੰ ਦੱਸ ਦੇ ਮੈਨੂੰ ਕਹਿੰਦੇ ਆ ਕੇ ਕਰ ਦੇ ਇਹ ਹੂੰ ਤੇ ਫਿਰ ਵਿਹਾਰ ਕਹੇ ਜਿਹਾ ਲੱਗਦਾ ਟੀਚਰਸ ਦਾ ਕਿਉਂਕਿ 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 ਜਦੋਂ ਬੱਚਾ ਕੋਈ ਜ਼ਿਆਦਾ ਕਿਸੇ ਚੀਜ਼ ਦੇ ਵਿੱਚ ਮਹਾਰਤ ਰੱਖਦਾ ਹੋਵੇ ਤਾਂ ਟੀਚਰ ਅਲੱਗ ਤਰ੍ਹਾਂ ਨਾਲ ਪਿਆਰ ਕਰਦੇ ਹੁੰਦੇ ਆ ਟ੍ਰੀਟ ਕਿਵੇਂ ਹੁੰਦਾ ਉੱਥੇ ਇੱਕ ਵਧੀਆ ਟੰਗ ਨਾਲ ਪਿਆਰ ਭਰ ਮਾਹੌਲ ਹੁੰਦਾ ਹੂੰ ਤੇ ਜਦੋਂ ਮੈਡਲ ਲੈ ਕੇ ਸਾਡੀ ਧੀ ਗਈ ਸਕੂਲ ਦੇ ਵਿੱਚ ਤਾਂ ਉਹਨਾਂ ਨੇ ਫਿਰ ਬਹੁਤ ਅਪਰੀਸ਼ੀਏਟ ਕੀਤਾ ਹੋਣਾ ਹਾਂਜੀ ਹੂੰ ਆਫਿਸ ਬੁਲਾ ਕੇ ਅਪਰੀਸ਼ੀਏਟ ਕੀਤਾ ਸੀ ਸਪੈਸ਼ਲੀ ਹਮ ਬੇਟਾ ਹੁਣ ਜੇ ਜੇ ਹੁਣ ਤੱਕ ਦੀ ਮੈਚੀਵਮੈਂਟ ਦੀ ਗੱਲ ਕਰਾਂ ਤਾਂ ਹੁਣ ਤੱਕ ਦੇ ਮੈਡਲ ਜਿਹੜੇ ਤੁਸੀਂ ਲਏ ਆ ਕਿਵੇਂ ਕਿਵੇਂ ਲਏ ਆ ਕੀ ਕੀ ਜੀਮੈਂਟਸ ਆ ਮੈਂ 2023 ਤੱਕ ਕਯੂਬਸ ਵਾਲਾ ਰਿਕਾਰਡ ਬਣਾਇਆ ਸੀ 2020 ਦੇ ਵਿੱਚ ਮੈਂ ਨੈਚਰੋਪੈਥੀ ਵਿੱਚ ਇੱਕ ਆਨਲਾਈਨ ਕੁਇਜ਼ ਸੀਗੀ ਮੈਂ ਇਸ ਪੰਜਾਬ ਚੋਂ ਫਰਸਟ ਆਈ ਸੀ ਤੇ 2022 ਵਿੱਚ ਮੈਂ ਗੀਤਾ ਦੇ ਸ਼ਲੋਕਾਂ 12ਵੇਂ ਵਿਧਾਇ ਦੇ ਸ਼ਲੋਕ ਦਾ ਰਿਕਾਰਡ ਬਣਾਇਆ ਸੀ ਇੰਡੀਆ ਬੁੱਕ ਆਫ ਰਿਕਾਰਡ ਹਮ ਤੇ ਜੇ ਮੈਂ ਗੱਲ ਕਰਾਂ ਤਾਂ ਹੁਣ 2020 ਵੀ ਹੋ ਗਿਆ 2022 ਵੀ ਹੋ ਗਿਆ ਤੇ 23 ਵੀ ਹੋ ਗਿਆ ਹੁਣ 24 'ਚ ਕਿਹੜਾ ਰਿਕਾਰਡ ਬਣਾਉਣਾ ਹੈ ਮੈਂ ਤਿਆਰੀ ਕਰੀ ਜਾਂਦੀ ਐ ਇੱਕ ਚਾਰ ਡਿਜੀਟ ਵਾਲੇ ਮਲਟੀਪਲੀ ਚਾਰ ਡਿਜੀਟ ਇੰਟੂ ਸਿੰਗਲ ਡਿਜੀਟ ਵਾਲੀ ਮਲਟੀਪਲੀਕੇਸ਼ਨ ਦੇ 100 ਸਮ ਕਰਨ ਦਾ ਰਿਕਾਰਡ ਦੀ ਮੈਂ ਤਿਆਰੀ ਕਰੀ ਜਾਂਦੀ ਐ ਹੂੰ ਉਹਦੀ ਫਿਰ ਸਪੀਡ ਬਣ ਗਈ ਹੁਣ ਪੂਰੀ ਚੱਲੀ ਜਾਂਦੀ ਐ ਤਿਆਰੀ ਐ ਹੂੰ ਤੇ ਫਿਰ ਇਹ ਜ਼ਿਆਦਾਤਰ ਬੱਚੇ ਮੈਂ ਅੱਜ ਕੱਲ ਦੇ ਦੇਖਦਾ ਹਾਂ ਤਾਂ ਮੋਬਾਈਲ ਘਰ ਆ ਕੇ ਕਹਿੰਦੇ ਜਿਦੋਂ ਹੁਣ ਫ੍ਰੀ ਟਾਈਮ ਆ ਮੋਬਾਈਲ ਚੈੱਕ ਲਈਏ ਗੇਮ ਖੇਡ ਲਈਏ ਜਾਂ ਮੋਬਾਈਲ ਤੇ ਕੋਈ ਵੀਡੀਓਜ਼ ਵੇਖ ਲਈਏ ਮਨ ਕਰਦਾ ਫ ਨਹੀਂ ਧਿਆਨ ਹੁਣ ਰਿਕਾਰਡ ਵਾਲੇ ਪਾਸੇ ਹੈ ਅੱਛਾ ਤੇ ਪਾਪਾ ਨੇ ਕਹਿੰਦੇ ਕਿ ਆਪਦਾ ਹੀ ਨਹੀਂ ਮੰਨ ਕਰਦਾ ਮੋਬਾਈਲ ਚੱਕਰ ਨੂੰ ਕਰਦਾ ਹੀ ਨਹੀਂ ਮੰਨ ਕਹਿਸੁੰਦੇ ਹੈ ਨਾ ਵੀ ਆਪਾਂ ਚੈਲੰਜ ਪੇਰੈਂਟਸ ਨੇ ਚੈਲੰਜ ਦਿੱਤਾ ਤਾਂ ਚੈਲੰਜ ਅਸੈਪਟ ਕੀਤਾ ਅਸੈਪਟ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਇੱਕ ਗੁੜੀਆ ਹੋਰ ਵੀ ਹੈ 69 ਦਾ ਮੈਨੂੰ ਲੱਗਦਾ ਵੀ ਇੱਕ ਡਿਫਰੈਂਟ ਜਾ ਮੈਟਰ ਲੱਗਦਾ ਹੈ ਇਹਦਾ ਪਹਾੜਾ ਹੁੰਦਾ ਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਤਾਂ ਸੁਣਾ ਦਊਂਗਾ ਫਿਰ ਆਉਂਦਾ ਆਉਣ ਦਿਓ ਸਰ ਕਿਉਂਕਿ ਮੈਂ 69 ਤਾਂ ਕਿਹਾ ਕਿਉਂਕਿ 69 59 49 99 ਇਹ ਅੱਖਰ ਹੀ ਪੁੱਠੇ ਹੁੰਦੇ ਆ ਇਹਨਾਂ ਨੂੰ ਤਾਂ ਮੇਰੇ ਅਗੇ ਨੂੰ ਜੇ ਐ ਵੀ ਕਹਿਦ ਰੋ 59 ਕਿੰਨਾ ਹੁੰਦਾ ਤਾਂ ਛੇਦੀ ਛੇਦੀ ਬੰਦਾ ਤਿੰਨ ਵਾਰੀ ਸੋਦਾ ਸਾਲਾ 59 ਕਿਹੜਾ ਹੋਊਗਾ ਇਹਨਾਂ ਦੇ ਵਿੱਚੋਂ 69 ਆਲਾ ਆਉਣ ਦਿਓ 69 ਆਲਾ ਹੋਣ ਦਿਓ 69 138 207 276 6045 414 483 552 621 690 ਅੱਛਾ ਜੀ ਮੈਂ ਫਿਰਿਆ ਅੱਥਾ ਦਾ ਕੀ ਕਮਾਲ ਸੀ ਇਹ ਵੀ ਦੱਸ ਦਿਓ ਨਾਲ ਫਿਰ ਅ ਬੈਕ ਇਹ ਬੈਕਸ ਹਕਮਾਲ ਸੀ ਅੱਛਾ ਜੀ ਨਾਲੋ ਨਾਲ ਫਿਰ ਤੁਹਾਡਾ ਮਾਈਂਡ ਵੀ ਕੈਲਕੂਲੇਟ ਕਰ ਰਿਹਾ ਇਸ ਚੀਜ਼ ਨੂੰ ਹਾਂਜੀ ਅ ਬੇਟਾ ਹੁਣ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਲੋਕ ਫਿਰ ਕੀ ਕਹਿ ਕੇ ਬੁਲਾਉਂਦੇ ਕੈਲਕੂਲੇਟਰ ਗਰਲਸ ਕਹਿ ਕੇ ਬੁਲਾਉਂਦੇ ਹਾਂਜੀ ਕਦੇ ਕਦੇ ਕਹਿੰਦੇ ਫਰੈਂਡਸ ਅੱਛਾ ਫਰੈਂਡਸ ਕਹਿੰਦੀਆਂ ਵੀ ਇਹ ਤਾਂ ਕੈਲਕੂਲੇਟਰ ਗਰਲਸ ਨੇ ਉਹ ਚੰਗਾ ਲੱਗਦਾ ਕਿ ਮਾੜਾ ਲੱਗਦਾ ਚੰਗਾ ਲੱਗਦਾ ਚੰਗਾ ਲੱਗਦਾ ਸਰ ਦੇਖਿਆ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਮਤਲਬ ਫਕਰ ਮਹਿਸੂਸ ਕਰਦੀਆਂ ਨੇ ਵੀ ਭਾਵੇਂ ਕੈਲਕੂਲੇਟਰ ਗਰਲ ਮੈਂ ਵੀ ਅੱਜ ਕਿਹਾ ਕਿਉਂਕਿ ਨੇਮ ਦੇ ਨਾਲ ਇਹ ਆ ਵੀ ਇਹਨਾਂ ਦੀ ਪਛਾਣ ਇੱਕ ਅਲੱਗ ਬਣਦੀ ਜਾ ਰਹੀ ਹੈ ਹੁਣ ਕਿਸ ਤਰ੍ਹਾਂ ਦੀ ਸੋਚ ਲੈ ਕੇ ਚੱਲੇ ਹਾਂ ਧੀਆਂ ਵਾਸਤੇ ਕਿਉਂਕਿ ਇੱਕ ਵੱਖਰੇ ਜਿਹੇ ਪਲੇਟਫਾਰਮ ਤੇ ਚੱਲ ਪਈਆਂ ਰੋਜ਼ ਕਹਿੰਦੇ ਆ ਨਵਾਂ ਚੈਲੰਜ ਰੋਜ਼ ਨਵਾਂ ਚੈਲੰਜ ਕਿਉਂਕਿ ਰੋਜ਼ ਮੈਂ ਤਾਂ ਕਹਿ ਰਹੇ ਕਿਉਂਕਿ ਇੱਕ ਚੈਲੰਜ ਆਪ ਦਾ ਹੀ ਤੋੜਨ ਨੂੰ ਫਿਰਦੀਆਂ ਕਿਸ ਤਰ੍ਹਾਂ ਲੱਗਦਾ ਫਿਰ ਬਹੁਤ ਖੁਸ਼ੀ ਦੀ ਮਹਿਸ ਅਕੀ ਮੈਂ ਕਿਚੀ ਹਮੇਸ਼ਾ ਕਹਿ ਕੇ ਚੱਲਦਾ ਹੁੰਨਾ ਚਾਹੇ ਧੀਆ ਚਾਹੇ ਲੜਕੇ ਕੋਈ ਵੀ ਆ ਬਿਲਕੁਲ ਵੀ ਆਪਾਂ ਇੱਥੇ ਆਏ ਆ ਤਾਤੀ ਤੇ ਤਾਂ ਕੁਝ ਕਰਨ ਲਈ ਆਏ ਆ ਬਿਲਕੁਲ ਠੀਕ ਹੈ ਆਪਣੇ ਜਨਮ ਨੂੰ ਆਪ ਇੱਕ ਸਾਰਥਕ ਕਰੀਗੇ ਠੀਕ ਹੈ ਟੈਲੈਂਟ ਹਰ ਇੱਕ ਬੱਚੇ ਦੇ ਵਿੱਚ ਆ ਭਗਵਾਨ ਕਿਸੇ ਬੱਚੇ ਨੂੰ ਬਿਨਾ ਟੈਲੈਂਟ ਤੋਂ ਧਰਤੀ ਤੇ ਨਹੀਂ ਭੇਜਦਾ ਜਰੂਰਤ ਹੁੰਦੀ ਹੈ ਸਿਰਫ ਉਸਨੂੰ ਤਰਾਸ਼ਣ ਦੀ ਠੀਕ ਹੈ ਅਗਰ ਉਸਨੇ ਕੋ ਸਹੀ ਮਾਰਗਦਰਸ਼ਕ ਮਿਲ ਜਾਈ ਚਾਹੇ ਉਹਦੇ ਮਾਤਾ ਪਿਤਾ ਮਿਲ ਜਾਣ ਚਾਹੇ ਕੋਈ ਟੀਚਰ ਮਿਲ ਜਾਈ ਚਾਹੇ ਕੋਈ ਗੁਰੂ ਮਿਲ ਜੇ ਅਗਰ ਉਸ ਬੱਚੇ ਨੂੰ ਮਿਲ ਜਾਂਦਾ ਹੈ ਤਾਂ ਹਰ ਇੱਕ ਬੱਚਾ ਇੱਕ ਬਹੁਤ ਅੱਛੇ ਮਕਾਮ ਤੇ ਜਾ ਸਕਦਾ ਹੈ ਗਿਆ ਜੇ ਕੁਝ ਹੋਰ ਤੁਸੀਂ ਇਹਨਾਂ ਤੋਂ ਪੁੱਛਣਾ ਚਾਹੋ ਜਾਂ ਕੁਝ ਦੱਸਣਾ ਚਾਹੋ ਤਾਂ ਬੈਟਰ ਦਿੰਨਾ ਮੈਨੂੰ ਦੱਸ ਦਿਓ ਕੋਈ ਹਸਾਬ ਕਿਤਾਬ ਦੇ ਵਿੱਚ ਕਿਉਂਕਿ ਸਾਡੇ ਦਰਸ਼ਕ ਹੈ ਜਿਹੜੇ ਉਹ ਦੇਖ ਰਹੇ ਹੈ ਜਿ ਤੁਹਾਨੂੰ ਲੱਗਦਾ ਕੋਈ ਬੈਸਟ ਹੈ ਤਾਂ ਜਿਸ ਤਰ੍ਹਾਂ ਬੇਟੀ ਨੇ ਗੱਲ ਕੀਤੀ ਵੀ ਇਹਨੇ ਭਗਵਦ ਗੀਤਾ ਦੇ ਸ਼ਲੋਕ ਦੇ ਉੱਪਰ ਵੀ ਇੱਕ ਰਿਕਾਰਡ ਬਣਾਇਆ ਸੀ ਪਿਛਲੇ ਸਾਲ ਇਸਨੇ ਸੰਸਕ੍ਰਿਤ ਦੇ ਵਿੱਚ ਉਸ ਸ਼ਲੋਕ ਦਾ ਆਚਾਰਨ ਸਿੱਖਿਆ ਔਰ ਕਿਤੇ ਹੀ ਕੋਚਿੰਗ ਨਹੀਂ ਲੈਂਦੀ ਆਨਲਾਈਨ ਹੀ ਇਸਨੇ ਕੋਵਿਡ ਦੇ ਵਿੱਚ ਉਹ ਚੀਜ਼ ਨੂੰ ਫ੍ਰੀ ਟਾਈਮ ਨੂੰ ਯੂਜ਼ ਕੀਤਾ ਸੀ ਤਾਂ ਇੱਕ ਨੂੰ ਮੈਂ ਉਹਦਾ ਵੀ ਡੈਮੋ ਦੇਣਕਾ ਜ ਸੰਸਕ੍ਰਿਤ ਦੇ ਵਿੱਚ ਭਗਵਦ ਗੀਤਾ ਦੇ 20 ਸ਼ਲੋਕ 12ਵੇਂ ਅਧਿਆਇ ਦੇ ਇਸਨੇ 2 ਮਿੰਟ ਤੋਂ ਘੱਟ ਸਮੇਂ ਦੇ ਵਿੱਚ ਉਚਾਰਨ ਕੀਤਾ ਸੀ ਹਾਂਜੀ ਬਿਲਕੁਲ ਆਉਣ ਦਿਓ ਫਿਰ ਸੁਣਾ ਦੇਵੀਂ ਬਿਲਕੁਲ ਜੀ एवं चित्तयते भवान् समुपरीपास्ते चापे शर्मा वेतन तेशांको के वित्त महामय वेशे मनोयमानि नित्यक्त उपस्ते शरध्या परिपते से नियुक्त ममतित्व अक्षरम निर्देशे में वेकंत परिपास्ते शिरोपत्र गम चिंतनचा कूटेस्थमचला ध्रुम सन्ने मेन्द्रग्राम सर्वत्र संबुद्धे तथा आपन वंती मामे व सर्व भूते हितरता क्लेशो दिखते शेषम अव्यक्त सच्चे समव्यक्त हि गति दुखं देहि द्वारपति दुसर मानी करमानी मैसिनेत से मत प्राण न आवेोगे न मान ध्यानत पास्ते तेषा मम समुत्तम विद्या संसार सागरत भवामि न चिरत पात्मय वेशे चेत समयमन आदस्वम ए बुद्धिने वेशन विशेषम येव अतूर्ध्वन संशय अचितम तथा तं मैषिग्नोषि मै श्रम व्यासोगतन मामी चाप ਸਿਨ ਜਬਿਆ ਸੇ ਪਿਆਸ ਮਰਥੋ ਸੀ ਮਤ ਕਰ ਬਬਾ ਬਬਾ ਮਦਥਮ ਅਭੀ ਕੁਰਮਾਨੀ ਕੁਰਮਨ ਸਿੱਧੀ ਮ ਵਾਪਸੀ ਅਸੀ ਅਧੈ ਤਪੇ ਸ਼ਕਤੋ ਸੀ ਕਰਤੂ ਮਧਯੁਗ ਮਾਸ਼ੀਤਾ ਸਰਵ ਕਰਮ ਫਲ ਤਿਆਗ ਤਥ ਤਥ ਕੁਰੂਇ ਤਾਤਮਾ ਸ਼੍ਰੀ ਹੋਈ ਗਿਆਨ ਮਭੇ ਸਾਧ ਗਿਆਨ ਧਿਆਨ ਵਿਚਤੇ ਧਿਆਨ ਕਰਮ ਫਲ ਤਿਆਗ ਸਿਆਗ ਸ਼ਾਂਤਿ ਨਿੰਤਰਮ ਮਦਵੇਸ਼ ਸਰ ਬੁਤਾ ਨਾ ਮਤਰ ਕਰੋ ਨੇ ਵਚ ਨਿਰਮਮ ਬਨੇ ਰਹੰਕਾਰ ਸੰਦੂਖ ਸੁਖ ਸਮੇ ਸੰਤੁਸ਼ ਸਤਮ ਯੋਗੀ ਆਤਮ ਦੇ ਨਿਸ਼ਚੈ ਮੈ ਪ੍ਰੀਤ ਮਨਨ ਬੁੱਧਿ ਉਮਦ ਭਕਤ ਸਮੇ ਪ੍ਰਿਯ ਜਿਸ ਮਨੋ ਦਿਸਤੇ ਲੋਕੋ ਲੋਕੋ ਨਦ ਵਿਸਤੇ ਚੇ ਹਰਿ ਸ਼ਮਸ਼ ਬੋਧਕ ਮੁਕਤ ਸਚ ਮੇ ਪ੍ਰਿਯ ਅਨਪੇਕਸ਼ ਸੁਚਿ ਦਰਸ ਉਦਾਸੀਨੋ ਗਤ ਵੇਥ ਸਰਵਰਮ ਪ੍ਰੀਤਿਆਗੀ ਭਕਤੀ ਮਨ ਮੇ ਪ੍ਰਿਯ ਹੋਣਾ ਰਯੋ ਨਾ ਹੈਸ਼ਤੀ ਨਦ ਵੇਸ਼ਤੀ ਨ ਸੋਚਿ ਨ ਕਾਂਖਿਤੀ ਸ਼ੁਭ ਸੁਪ੍ਰੀਤਿਆਗੀ ਭਕਤੀ ਮਨ ਮੇ ਪ੍ਰਿਯ ਹੋਣਾ समक्ष क्षेत्र च मित्र मित्र च तथा मारा मान्यो शिशु सं सुख दिखे को समंग संग विच विचता है तो तुलिनिंदा सुते नि माने तथा कयुते आत्ममश्चर होई ज्ञान अभ्यसत ज्ञान ध्यानम विस्थितते येतु धन येतु धर्मे मितमेदम येथोकतम परुपਾਸे श्रद्धाना मतपरम भक्ति सेते मेप्रिया ये कितों याद गीता फिरना ए ऑनलाइन सिखे सी मैं लॉकडाउन वेले ते करे कोई और पढ़दा गीता दे श्लोक नहीं ते फिर तुसी किमे इधर चले गई ਅਨੇ ਪਾਪਾ ਨੇ ਇੱਕ ਖ਼ਬਰ ਵਿੱਚ ਆਇਆ ਸੀ ਪਾਪਾ ਨੇ ਉੱਥੇ ਲੱਭ ਕੇ ਦਿੱਤਾ ਸੀਗਾ ਕਿ ਜ਼ਿਆਦਾ ਟਾਈਮ ਨੂੰ ਯੂਟਿਲਾਈਜ਼ ਕਰ ਲੈ ਇੱਥੇ ਅੱਛਾ ਵੀ ਵੀ ਪਾਪਾ ਨੇ ਇਹ ਕਹਤਾ ਵੀ ਜਿਹੜਾ ਟਾਈਮ ਹੈ ਉਹਨੂੰ ਟਾਈਮ ਨੂੰ ਆਪਾਂ ਖਰਾਬ ਨਹੀਂ ਹੋਣ ਦੇਣਾ ਕਿਸੇ ਨਾ ਕਿਸੇ ਤਰੀਕੇ ਨਾਲ ਯੂਟਿਲਾਈਜ਼ ਕਰਨਾ ਹੈ ਹਾਂਜੀ ਹੂੰ ਹੁਣ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਿਉਂਕਿ ਹੁਣ ਜਿਹੜੇ ਅਵਾਰਡਸ ਮਿਲਣ ਲੱਗੇ ਕਿਤਾਬ ਮਿਲਣ ਲੱਗੇ ਸਟੱਡੀ ਨੂੰ ਲੈ ਕੇ ਕਿਉਂਕਿ ਬੱਚੇ ਸਟੱਡੀ ਤੋਂ ਡਰਦੇ ਹੁੰਦੇ ਆ ਤੇ ਤੁਹਾਨੂੰ ਸਟੱਡੀ ਦੇ ਨਾਲ ਇਨਾਮ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਗਰਵ ਮਹਿਸੂਸ ਹੁੰਦਾ ਆ ਆਪਣੇ ਆਪ ਤੇ ਹੂੰ ਹੁਣ ਨਾ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਡਰਦੇ ਆ ਮੈਥ ਤੋਂ ਕਿ ਮੈਥ ਤੋਂ ਲੜਨਾ ਚਾਹੀਦਾ ਕਿ ਨਹੀਂ ਡਰਨਾ ਚਾਹੀਦਾ ਨਹੀਂ ਡਰਨਾ ਚਾਹੀਦਾ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਕਰਨਾ ਚਾਹੀਦਾ ਬਿਲਕੁਲ ਇਹ ਪ੍ਰੋਬਲਮ ਹੈ ਫਿਰ ਜਿੰਨਾ ਜ਼ਵਾਕਾ ਵਾਸਤੇ ਮੈਥ ਪ੍ਰੋਬਲਮ ਹੈ ਉਹਨਾਂ ਨੂੰ ਸਾਹਮਣਾ ਕਰਨਾ ਚਾਹੀਦਾ ਅੱਛਾ ਤੇ ਤੁਹਾਡੇ ਲਈ ਕੀ ਹੈ ਇੱਕ ਗੇਮ ਹੈ ਅੱਛਾ ਤੁਹਾਡੇ ਲਈ ਇੱਕ ਗੇਮ ਹੈ ਬਿਲਕੁਲ ਬੱਚੇ ਕਹਿੰਦੇ ਵੀ ਸਾਡੇ ਲਈ ਇਹ ਗੇਮ ਹੈ ਪਰ ਸਭ ਤੋਂ ਵੱਡੀ ਗੱਲ ਕਰੀਏ ਤਾਂ ਇਹਨਾਂ ਧੀਆਂ ਦੀ ਜਿਹੜੀ ਫੇਸ ਦੇ ਉੱਪਰ ਸਮਾਈਲ ਹੈ ਉਹ ਸਮਾਈਲ ਤਾਂ ਵੱਖਰੀ ਹੈ ਕਿਉਂਕਿ ਪੂਰੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਹ ਧੀਆਂ ਜਿਹੜੀਆਂ ਨਵੇਂ-ਨਵੇਂ ਜਿਹੜੇ ਚੈਲੰਜ ਲੈਂਦੀਆਂ ਨੇ ਪਰ ਇਹ ਕੈਲਕੂਲੇਟਰ ਗਰਲਸ ਨੇ ਸਾਡੀਆਂ ਇਹ ਕੋਈ ਵੀ ਅਮਾਉਂਟ ਹੈ ਕਹਿੰਦੇ ਸੈਕਿੰਡਾਂ ਦੇ ਵਿੱਚ ਹਿਸਾਬ ਕਿਤਾਬ ਕਰਕੇ ਦੱਸ ਦਿੰਦੀਆਂ ਨੇ ਪਰ ਸਭ ਤੋਂ ਵੱਡੀ ਖਾਸੀਅਤ ਦੀ ਗੱਲ ਕਰੀਏ ਤਾਂ ਜਦੋਂ ਧੀਆਂ ਕਿਸੇ ਖੇਤੇ ਦੇ ਵਿੱਚ ਮੱਲਾ ਮਾਰਦੀਆਂ ਨੇ ਤਾਂ ਹਰ ਉਹ ਸਖਸ਼ ਨੂੰ ਜਿਹੜੀ ਖੁਸ਼ੀ ਹੁੰਦੀ ਹੈ ਕਿਉਂਕਿ ਅਗਲਾ ਕਹਿੰਦਾ ਵੀ ਕਿਉਂਕਿ ਥੋੜਾ ਜਿਹਾ ਸਾਡੇ ਸਮਾਜ ਦੀ ਇੱਕ ਤਰਾਸਦੀ ਹੈ ਵੀ ਧੀਆਂ ਨੂੰ ਥੋੜਾ ਜਿਹਾ ਪਿੱਛੇ हट ਕੇ ਦੇਖਿਆ ਜਾਂਦਾ ਪਰ ਨਹੀਂ ਹੁਣ ਬਦਲਾਅ ਬਹੁਤ ਆ ਚੁੱਕਿਆ ਲੋਕਾਂ ਦੀ ਸੋਚ ਬਦਲ ਚੁੱਕੀ ਹੈ ਤੇ ਆਪਾਂ ਵੀ ਇਹਨਾਂ ਧੀਆਂ ਦੀ ਜਿਹੜੀ ਇਸ ਕੋਸ਼ਿਸ਼ ਨੂੰ ਕਿਤੇ ਨਾ ਕਿਤੇ ਸਲਾਮ ਕਰਦੇ ਆਂ ਮਰੰਗਪੁਰਾ ਤੋਂ ਮਨੀਸ਼ ਦੇ ਨਾਲ ਜੇ ਅਸੀਂ ਬਰਾੜ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇਗਾਜ